पुलिस हिरासत विच नजर आ रहे इन्हां मुलजमां दे वल्लों अपने ही दोस्त नूं गोली मारी गई है, जिस तों बाद पुलिस दे वल्लों इन्हां नूं गिरफ्तार किया गया है। पुलिस का कहना है कि इस सारे दोस्त इकट्ठे होके घर दी छत ते पटाके चला रहे सन अते पटाके चलाउंदिया होया एक दोस्त पिस्तौल कढ़ लिया ते हवाई फायर करने शुरू कर दिते। इस दौरान ही एक गोली इस दे अपने ही दोस्त नूं लग गई, जिस तों बाद मौके ते पुलिस भी पहुंची तो इन्हां दोस्तां दे वल्लों पुलिस नूं ही गुमराह करन दी कोशिश कीती गई। इन्हां दा कहना सी कि उन्हां दे दोस्त नूं गोली किसी होर ने मारी है, पर जदों पुलिस ने तफ्तीश कीती तां सारा भेत खुल गया कि एक खुद ही पटाके चलाउण तों बाद हवाई फायर कढ रहे सन ते इस दौरान ही नौजवान नूं गोली लगी है, जो हस्पताल दे विच ज़ेरे इलाज है। यह मामला अमृतसर दे जंडियाला गुरु तों सामने आया है, जिथे सारे दोस्त इकट्ठे हो के घर दी छत ते पटाके चला रहे सन अते पटाके चलाउण तों बाद इह हथियार कढ लिआए हवाई फायर कढ़ने शुरू कर दिते। इसे दौरान ही एक गोली उस दे नाल खड़े साथी नूं लग गई, जिस तों बाद पुलिस मौके ते पहुंची, नौजवान नूं हस्पताल पहुंचाया गया अते इन्हां दोस्तां नूं गिरफ्तार कर लिया गया है। पुलिस दे वल्लों मामला दर्ज करके अग्गे दी जांच पड़ताल की जा रही है। पुलिस दा कहना है कि रिमांड हासिल करके पुछ पड़ताल होएगी कि आखिर इन्हां नौजवानां दे कोल हथियार कित्थों आए ने। कल रात जी सानूं इत्थे थाणे जंडियाले इत्तला मिली सी वी जंडियाला गुरु विखे इक मुंडे ते गोली वज्जी है, ਅਤੇ ਅਸੀਂ ਉੱਥੇ ਮੌਕੇ 'ਤੇ ਪਹੁੰਚੇ ਆ ਅਤੇ ਉਹਨੂੰ ਹੋਸਪਿਟਲ ਲੈ ਗਏ ਸੀ, ਅਤੇ ਉਸ ਤੋਂ ਬਾਅਦ ਅਸੀਂ ਆਸ ਪਾਸ ਪੁੱਛਗਿੱਛ ਕੀਤੀ ਅਤੇ ਜਿਹੜੇ ਗੋਲੀ ਵੱਜੀ ਉਹਦੇ ਕੋਲ ਪੁੱਛਗਿੱਛ ਕੀਤੀ, ਬਿਲਕੁਲ ਉਹਦੀ ਸਿਹਤ ਠੀਕ ਸੀ, ਗੋਲੀ ਨੂੰ ਖਹਿ ਕੇ ਅੱਗੋਂ ਕਿਤੇ ਪੱਟ ਦੇ ਉਹਦੇ ਲਾਗੋਂ ਲੰਘ ਗਈ, ਅਤੇ ਉਹਨਾਂ ਪਹਿਲਾਂ ਤਾਂ ਦੱਸਿਆ ਵੀ ਕੋਈ ਅਣਪਛਾਤੇ ਮੁੰਡੇ ਆਏ ਅਤੇ ਸਾਡੇ ਗੋਲੀ ਮਾਰ ਗਏ ਨੇ। ਉਸ ਤੋਂ ਬਾਅਦ ਦਰਾਣੇ ਤਫਤੀਸ਼ ਦੇ ਤਸਦੀਕ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇਹ ਚਾਰ ਮੁੰਡੇ ਸੀ, ਇਹ ਦੋ ਭਰਾ ਨੇ ਵਿੱਚੋਂ, ਉਹ ਆਪਣੀ ਛੱਤ 'ਤੇ ਪਹਿਲਾਂ ਪਟਾਕੇ ਚਲਾ ਰਹੇ ਅਤੇ ਵੀ ਉਹਨਾਂ ਕੋਲ ਇੱਕ ਨਜਾਇਜ਼ ਪਿਸਟਲ ਸੀ, ਪਹਿਲਾਂ ਉਹਨਾਂ ਨੇ ਹਵਾਈ ਫਾਇਰ ਕੱਢੇ ਨੇ, ਫਿਰ ਉੱਥੇ ਹਵਾਈ ਫਾਇਰ ਕੱਢਦੇ ਕੱਢਦੇ ਇੱਕ ਫਾਇਰ ਉਹਨਾਂ ਦੇ ਆਪਣੇ ਹੀ ਪੱਟ ਦੇ ਵਿੱਚ ਵੱਜ ਗਏ ਆਪਣੇ ਨਾਲ ਦੇ ਮੁੰਡੇ ਦੇ, ਅਤੇ ਉਸ ਤੋਂ ਬਾਅਦ ਉਹਨਾਂ ਇਹ ਕਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਸਾਡੇ ਸੱਚਾਈ ਸਾਹਮਣੇ ਆ ਗਈ ਹੈ ਅਤੇ ਅਸੀਂ ਉਹਨਾਂ ਦੇ ਪਰਚਾ ਦਰਜ ਕਰਕੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਈਏ। ਕਿਹੜੀ ਕਿਹੜੀ ਧਾਰਾ ਜਿਹੜੀਆਂ ਲਗਾਈ ਗਈ? ਧਾਰਾ ਇਹਦੇ ਵਿੱਚ ਜੀ 336 ਲੱਗੀ ਹੈ, 307 ਲੱਗੀ ਹੈ ਜੀ, ਅਤੇ 25-368 ਲੱਗੀ ਹੈ। ਕੀ ਨਾਮ ਕੀ ਹੈਗਾ ਜੀ ਇਹਨਾਂ ਦਾ? ਜਿਹੜੇ ਮੁੰਡੇ ਚਾਰ ਨੇ ਜੀ, ਇਹਨਾਂ ਦੇ ਵਿੱਚ ਦੋ ਤੇ ਇੱਕ ਮੁੰਡਾ ਹੈਗਾ ਜੇ ਦਾਨਿਸ਼ ਆ, ਸੂਰਜ ਆ, ਸਾਗਰ ਆ, ਇੱਕ ਕਾਸ਼ੂ ਆ, ਦੋ ਵਿੱਚ ਸਕੇ ਭਰਾ ਨੇ ਕਾਸ਼ੂ ਅਤੇ ਸਾਗਰ, ਅਤੇ ਇਹਨਾਂ ਨੂੰ ਹੁਣ ਤਿੰਨ ਦੀ ਗ੍ਰਿਫਤਾਰੀ ਕਰ ਲਈ ਹੈ। ਇੱਕ ਮੁੰਡਾ ਜ਼ੇਰੇ ਇਲਾਜ ਆ ਜੇ ਹੋਸਪਿਟਲ, ਅਤੇ ਜੋ ਬੰਦੀ ਕਾਰਵਾਈ ਕਰ ਰਹੇ ਹਾਂ, ਰਿਮਾਂਡ ਲੈ ਰਹੇ ਇਹਨਾਂ ਦਾ, ਵੈਪਨ ਰਿਕਵਰ ਕਰਾਂਗੇ, ਅਤੇ ਜਿਹੜਾ ਇਹਨਾਂ ਕੋਲ ਨਜਾਇਜ਼ ਵੈਪਨ ਹੈ ਉਹ ਅਸੀਂ ਕਰ ਰਹੇ ਹਾਂ, ਤਫਤੀਸ਼ ਜਿਹਦੇ ਕੋਲ ਆਇਆ ਤਾਂ ਉਹਦੀ ਵੀ ਜ਼ਰੂਰ ਅੱਗੇ ਅਸੀਂ ਭਾਲ ਕਰਕੇ ਅਤੇ ਫੜਾਂਗੇ। ਇਹਨਾਂ ਦਾ ਕਾਰੋਬਾਰ ਕੀ ਹੈਗਾ? ਕਾਰੋਬਾਰ ਇਹ ਮੁੰਡੇ ਜੀ ਪੜ੍ਹਾਈ ਇਹਨਾਂ ਨੂੰ ਛੱਡਿਆ, ਥੋੜ੍ਹਾ ਥੋੜ੍ਹਾ ਚੇਰੀ ਹੋਇਆ ਜੀ, 20-25 ਸਾਲ ਉਮਰ ਇਹਨਾਂ ਦੀ ਹੈਗੀ ਆ, ਅਤੇ ਵਿਹਲੇ ਇੰਨੇ ਜ਼ਿਆਦਾ ਮੁੰਡੇ ਆ, ਕਾਰੋਬਾਰ ਕੋਈ ਨਹੀਂ ਇਹਨਾਂ ਨੂੰ। ਪਹਿਲਾਂ ਕੋਈ ਇਹਨਾਂ ਦੇ ਉੱਪਰ ਪਰਚਾ ਪੁਰਚਾ ਨਹੀਂ? ਪਹਿਲਾਂ ਪਰਚਾ ਨਹੀਂ ਆਇਆ ਜੀ।